ਅੱਜ ਦੇ ਫਿਟਨੈਸ ਫੋਰ ਲਾਈਫ ਦੇ ਸੈਗਮੈਂਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈਗਾ। ਮੇਰਾ ਨਾਮ ਹੈਗਾ ਬਿੰਦੀ ਅਤੇ ਅੱਜ ਮੈਂ ਤੁਹਾਡੇ ਨਾਲ ਇੱਕ ਪਲੈਂਕ ਦੀ ਐਕਸਰਸਾਈਜ਼ ਸਾਂਝੀ ਕਰਾਂਗੀ। ਪਲੈਂਕ ਹੁੰਦਾ ਹੈ ਆਪਣੇ ਐਬਡੋਮੀਨਲਸ ਵਾਸਤੇ ਅਤੇ ਲੋਅਰ ਬੈਕ ਵਾਸਤੇ। ਸੋ ਉਹ ਆਪਣੇ ਕੋਰ ਨੂੰ ਜਾਣੀ ਕਿ ਜਿਹੜਾ ਆਪਣਾ ਮਿਡਲ ਸੈਕਸ਼ਨ ਹੈ ਇੱਥੇ ਉਹਨਾਂ ਨੂੰ ਉਸ ਸੈਕਸ਼ਨ ਨੂੰ ਸਟਰੋਂਗ ਕਰਦਾ ਆ। ਸੋ ਜਿਵੇਂ ਅਦਰ ਐਬਡੋਮੀਨਲ ਐਕਸਰਸਾਈਜ਼ ਡੈਫੀਨੇਸ਼ਨ ਵਾਸਤੇ ਹੁੰਦੀਆਂ ਆ, ਇਹ ਜ਼ਿਆਦਾ ਹੈਗੀ ਆਪਣੇ ਕੋਰ ਨੂੰ ਸਟਰੋਂਗ ਕਰਨ ਲਈ ਅਤੇ ਇੱਥੇ ਤਾਂ ਕਿ ਤੁਹਾਡੀ ਸਟੈਬਿਲਿਟੀ ਜ਼ਿਆਦਾ ਹੋਵੇ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਆ। ਬਿਕਾਜ਼ ਕੋਈ ਵੀ ਐਕਸਰਸਾਈਜ਼ ਲੈ ਲਓ, ਉਹਦੇ ਵਿੱਚ ਕੋਰ ਦਾ ਸਟਰੋਂਗ ਹੋਣਾ ਬਹੁਤ ਹੀ ਜ਼ਰੂਰੀ ਹੈਗਾ ਆ। ਸੋ ਦੋ ਤਰ੍ਹਾਂ ਦੇ ਪਲੈਂਕ ਆਪਾਂ ਦੇਖਾਂਗੇ, ਇੱਕ ਰੈਗੂਲਰ ਪਲੈਂਕ ਅਤੇ ਇੱਕ ਸਾਈਡ ਪਲੈਂਕ। ਸੋ ਜਿਹੜਾ ਰੈਗੂਲਰ ਪਲੈਂਕ ਹੈਗਾ ਆ, ਤੁਸੀਂ ਆਪਦੀਆਂ ਕੂਹਣੀਆਂ ਨੂੰ ਫੋਰ ਆਰਮਸ ਨੂੰ ਥੱਲੇ ਰੱਖਦੇ ਹੋਏ ਆ ਅਤੇ ਆਪਦੀਆਂ ਲੱਤਾਂ ਨੂੰ ਪਿੱਛੇ ਨੂੰ ਐਕਸਟੈਂਡ ਕਰਨਾ ਜਿਵੇਂ ਆਪਾਂ ਪੁਸ਼ਅਪ ਕਰਦੇ ਹੁੰਦੇ ਹਾਂ, ਅਤੇ ਆਪਦੇ ਪੈਰਾਂ ਦੇ ਉੱਤੇ ਆਪਦੇ ਗੂਠਿਆਂ ਦੇ ਉੱਤੇ ਤੁਸੀਂ ਉਹ ਪੈਰ ਜ਼ਮੀਨ 'ਤੇ ਰੱਖਣੇ ਆ ਅਤੇ ਬਾਕੀ ਤੁਹਾਡੀ ਬਾਡੀ ਉੱਤੋਂ ਜ਼ਮੀਨ ਤੋਂ ਉੱਤੋਂ ਚੁੱਕੀ ਹੋਊਗੀ। ਸੋ ਫੋਰ ਆਰਮਸ ਅਤੇ ਪੈਰਾਂ 'ਤੇ ਬੈਲੈਂਸ ਕਰਦੇ ਹੋਏ ਤੁਸੀਂ ਐਬਡੋਮੀਨਲਸ ਨੂੰ ਅੰਦਰ ਨੂੰ ਹੋਲਡ ਕਰਨਾ ਆ ਅਤੇ ਇਸ ਤਰ੍ਹਾਂ ਜਿੰਨਾ ਵੀ ਇੱਥੋਂ ਤੋਂ ਹੋਲਡ ਹੁੰਦਾ ਆ ਤੁਸੀਂ ਇਸ ਪੋਜੀਸ਼ਨ ਦੇ ਵਿੱਚ ਹੋਲਡ ਕਰੋ ਅਤੇ ਫਿਰ ਰੈਸਟ ਕਰਕੇ ਫਿਰ ਤੁਸੀਂ ਇਹ ਟਰਾਈ ਕਰ ਸਕਦੇ ਆ। ਕੋਸ਼ਿਸ਼ ਕਰਨੀ ਆ ਵੀ ਜਦੋਂ ਵੀ ਤੁਸੀਂ ਕਰੋਗੇ ਤਾਂ ਹਰੇਕ ਟਾਈਮ ਥੋੜ੍ਹੇ ਜਿਹੇ ਸੈਕਿੰਡ ਜ਼ਿਆਦਾ ਹੋਲਡ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਇਵੈਂਚੁਅਲੀ ਤੁਹਾਡਾ ਪਲੈਂਕ ਜਿਹੜਾ ਤੁਸੀਂ ਹੋਲਡ ਕਰੋਗੇ ਉਹਦਾ ਟਾਈਮ ਵੱਧਦਾ ਜਾਵੇ। ਅਫਕੋਰਸ ਜੇ ਤੁਸੀਂ ਕਦੇ ਕੀਤਾ ਨਹੀਂ ਤਾਂ ਸ਼ੁਰੂ 'ਚ ਔਖਾ ਲੱਗੇਗਾ, ਪਰ ਈਵਨ ਜੇ 10-15 ਸੈਕਿੰਡ ਹੋਲਡ ਕਰ ਸਕਦੇ ਹਾਂ ਤਾਂ ਫਿਰ ਹੌਲੀ ਹੌਲੀ ਪ੍ਰੈਕਟਿਸ ਦੇ ਨਾਲ ਤੁਹਾਡਾ ਟਾਈਮ ਵੱਧਦਾ ਰਹੂਗਾ। ਇਸ ਪਲੈਂਕ ਨੂੰ ਥੋੜ੍ਹਾ ਜਿਹਾ ਐਡਵਾਂਸ ਕਰਨ ਲਈ ਜੇ ਤੁਸੀਂ ਐਡਵਾਂਸ ਲੈਵਲ 'ਤੇ ਹੈਗੇ ਆ, ਤੁਸੀਂ ਇੱਕ ਪੈਰ ਨੂੰ ਲੱਤ ਨੂੰ ਜ਼ਮੀਨ ਤੋਂ ਚੁੱਕ ਸਕਦੇ ਹਾਂ ਤਾਂ ਕਿ ਹੁਣ ਇੱਕ ਪੈਰ ਦੇ ਉੱਤੇ ਬੈਲੈਂਸ ਕਰ ਰਹੇ ਹਾਂ ਅਤੇ ਦੂਸਰੀ ਲੱਤ ਤੁਸੀਂ ਐਕਸਟੈਂਡ ਕੀਤੀ ਹੋਈ ਹੈ ਉੱਪਰ ਨੂੰ, ਜਾਂ ਤੁਸੀਂ ਇਸੇ ਪੈਰ ਨੂੰ ਦੂਸਰੇ ਪੈਰ ਦੇ ਪਿਛਲੇ ਪਾਸੇ ਰੱਖ ਸਕਦੇ ਹਾਂ। ਸੋ ਇਹ ਥੋੜ੍ਹਾ ਜਿਹਾ ਪਲੈਂਕ ਨੂੰ ਔਖਾ ਕਰਦਾ ਆ ਅਤੇ ਇਹ ਥੋੜ੍ਹਾ ਜਿਹਾ ਐਡਵਾਂਸ ਹੈਗਾ ਆ। ਦੂਸਰਾ ਪਲੈਂਕ ਜਿਹੜਾ ਹੈਗਾ ਉਹ ਆਪਣੇ ਸਾਈਡ 'ਤੇ ਆ। ਇਸ ਪਲੈਂਕ ਲਈ ਤੁਸੀਂ ਇੱਕ ਲੱਤ ਥੱਲੇ ਰੱਖਦੇ ਹੋਏ ਆ, ਤੁਸੀਂ ਆਪਦੇ ਸਾਈਡ 'ਤੇ ਬਾਡੀ ਨੂੰ ਬੈਲੈਂਸ ਕਰਨਾ ਆ। ਅਗੇਨ ਇੱਕ ਕੂਹਣੀ ਨੂੰ ਥੱਲੇ ਰੱਖਦੇ ਹੋਏ ਅਤੇ ਇੱਕ ਪੈਰ ਨੂੰ, ਦੂਸਰੀ ਲੱਤ ਜਿਹੜੀ ਹੈਗੀ ਆ ਉਹ ਜਿਹੜਾ ਪੈਰ ਥੱਲੇ ਆ ਉਹਦੇ ਉੱਤੇ ਤੁਸੀਂ ਲੈਵਲ ਕਰਨਾ ਆ ਤਾਂ ਕਿ ਦੋਵੇਂ ਲੱਤਾਂ ਟੱਚ ਕਰਦੀਆਂ ਆ, ਅਤੇ ਹੱਥ ਨੂੰ ਤੁਸੀਂ ਉੱਪਰ ਛੱਤ ਵੱਲ ਨੂੰ ਚੁੱਕਣਾ ਆ। ਸੋ ਬਹੁਤ ਜ਼ਰੂਰੀ ਹੈ ਕਿ ਤੁਸੀਂ ਟਰਾਈ ਕਰੋ ਤੁਹਾਡੇ ਹਿਪਸ ਅਤੇ ਤੁਹਾਡੀ ਸੀਟ ਅਲਾਈਨਡ ਹੋਵੇ ਤਾਂ ਕਿ ਤੁਹਾਡੀ ਢੂਈ ਸਿੱਧੀ ਆ ਅਤੇ ਤੁਹਾਡਾ ਸਾਈਡ ਪਲੈਂਕ ਐਂਡ ਬੈਲੈਂਸ ਹੈਗਾ ਆ। ਸੋ ਇਸ ਤਰ੍ਹਾਂ ਹੋਲਡ ਕਰਕੇ ਅਗੇਨ ਜਿੰਨਾ ਚਿਰ ਤੁਸੀਂ ਹੋਲਡ ਕਰ ਸਕਦੇ ਹਾਂ ਫਿਰ ਰੈਸਟ ਕਰੋ ਅਤੇ ਫਿਰ ਤੁਸੀਂ ਟਰਾਈ ਕਰ ਸਕਦੇ ਹਾਂ। ਅਤੇ ਇਸ ਪਲੈਂਕ ਨੂੰ ਵੀ ਤੁਸੀਂ ਐਡਵਾਂਸ ਕਰ ਸਕਦੇ ਹਾਂ ਉਹ ਲੱਤ ਚੁੱਕਣ ਦੇ ਨਾਲ ਜਿਹੜੀ ਤੁਹਾਡੇ ਜ਼ਮੀਨ ਵਾਲੀ ਲੱਤ ਦੇ ਉੱਤੇ ਰੈਸਟ ਕਰ ਰਹੀ ਆ। ਇਸ ਲੱਤ ਨੂੰ ਤੁਸੀਂ ਪੈਰਲਲ ਹੋਲਡ ਕਰੋ ਜ਼ਮੀਨ ਵੱਲ ਨੂੰ ਤਾਂ ਕਿ ਹੁਣ ਤੁਹਾਡੀ ਜਿਹੜੀ ਉੱਪਰਲੀ ਲੱਤ ਆ ਉਹ ਏਅਰ ਦੇ ਵਿੱਚ ਐਕਸਟੈਂਡ ਹੋਈ ਆ ਅਤੇ ਦੂਸਰਾ ਪੈਰ ਹਜੇ ਥੱਲੇ ਹੈਗਾ ਆ। ਸੋ ਅਗੇਨ ਇਹ ਸੀਗੇ ਪਲੈਂਕਸ। ਪਲੈਂਕਸ ਆਪਣੇ ਐਬਡੋਮੀਨਲਸ ਲਈ, ਆਪਣੇ ਕੋਰ ਲਈ ਬਹੁਤ ਹੀ ਚੰਗੀ ਐਕਸਰਸਾਈਜ਼ ਆ ਇਹਨਾਂ ਨੂੰ ਸਟਰੋਂਗ ਕਰਨ ਲਈ। ਅਤੇ ਜਦੋਂ ਤੁਸੀਂ ਆਪਣੇ ਐਬਡੋਮੀਨਲਸ ਦੀ, ਆਪਣੇ ਢਿੱਡ ਦੀ ਐਕਸਰਸਾਈਜ਼ ਕਰਦੇ ਹਾਂ ਤਾਂ ਜ਼ਰੂਰ ਵਿੱਚ ਪਲੈਂਕ ਇੱਕ ਜਾਂ ਦੋ ਸਟਾਈਲ ਜ਼ਰੂਰ ਟਰਾਈ ਕਰੋ। ਅਗਲੇ ਹਫ਼ਤੇ ਆਪਾਂ ਫਿਰ ਮਿਲਾਂਗੇ ਕੋਈ ਨਵੀਂ ਐਕਸਰਸਾਈਜ਼ ਦੇ ਨਾਲ। ਉਦੋਂ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਗੁੱਡ ਹੈਲਥ।